ਸਸਪੈਂਸ਼ਨ ਟ੍ਰੇਨ ਨੂੰ ਨਹੀਂ ਲੱਗੀ, ਇੱਕ ਸੀਟ ਨੂੰ ਲੱਗੀ ਸੀ। ਇੱਕ ਸੀਟ ਦੇ ਉੱਤੇ ਨਾ ਐਕਚੁਅਲੀ ਟ੍ਰੇਨ ਨਾ ਹਿਸਾਰ ਤੋਂ ਆਇਆ ਕੇ ਹਲੇ ਖੜੀ ਸੀਗੀ, ਅਤੇ ਉਹ ਸ਼ਾਇਦ ਕਿਸੇ ਨੇ ਚਲਦੀ ਬੀੜੀ ਵਿੱਚ ਛੱਡ ਗਿਆ, ਹੋਸ ਬੀੜੀ ਸੀਗੀ ਛੱਡ ਗਿਆ ਹੋ ਸਕਦਾ। ਉਹਦੇ ਨਾਲ ਇੱਕ ਸੀਟ ਸੀਗੀ, ਇੱਕ ਸੀਟ ਦੇ ਉਹ ਪ੍ਰੋਪਰ ਜਗ੍ਹਾ 'ਤੇ ਨਾ ਜਿਵੇਂ ਉਨੀ ਕੁ ਜਗ੍ਹਾ 'ਤੇ ਲੱਗੀ ਸੀਗੀ। ਬਿਲਕੁਲ, ਅਸੀਂ ਸਟੇਸ਼ਨ 'ਤੇ ਹੀ ਮੌਜੂਦ ਸੀਗੇ। ਨਹੀਂ, ਯਾਤਰੀ ਨਹੀਂ ਸੀਗੇ ਬੋਗੀ ਦੇ ਵਿੱਚ ਕੋਈ। ਟ੍ਰੇਨ ਸਟੇਸ਼ਨ 'ਤੇ ਹਿਸਾਰ ਤੋਂ ਆਈ ਸੀ, ਹਿਸਾਰ ਪੈਸੰਜਰ ਸੀਗੀ। ਚਾਰ ਨੰਬਰ ਪਲੇਟਫਾਰਮ 'ਤੇ ਨਹੀਂ, ਜਾਨੀ ਨੁਕਸਾਨ ਕੋਈ ਨਹੀਂ। ਉਹ ਸੀਟ ਦਾ ਥੋੜ੍ਹਾ ਜਿਹਾ, ਸੀਟ ਦੇ ਥੋੜ੍ਹਾ ਜਿਹਾ ਬਸ ਉਹਨਾਂ ਕੀ ਪੋਰਸ਼ਨ ਦੇ ਦਿੱਤਾ। ਨਹੀਂ, ਸਪੈਸ਼ਲ ਚੈਕਿੰਗ ਚੱਲ ਰਹੀ ਆ ਬਸ। ਵੈਸੇ ਵੀ ਅਫਸਰਾਂ ਵੱਲੋਂ ਚੈਕਿੰਗ ਦਾ ਵੀ ਸਪੈਸ਼ਲ ਚੈਕਿੰਗ ਕੀਤੀ ਹੈ। ਟ੍ਰੇਨ ਜਿਹੜੀ ਪੰਜ ਨੰਬਰ 'ਤੇ ਸੀ, ਸੋਰੀ, ਕਿਸ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ? ਸਪੈਸ਼ਲ ਚੈਕਿੰਗ, ਐਂਟੀ ਸਬੋਟੇਜ ਚੱਲ ਰਹੀ ਹੈ, ਡੌਗ ਸਕੁਐਡ ਵੀ ਚੱਲ ਰਿਹਾ, ਅਤੇ ਬਾਕੀ ਮੁਲਾਜ਼ਮ ਨੇ ਉਹਨਾਂ ਨੇ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਚੱਲ ਰਹੇ ਨੇ ਆਲਰੇਡੀ, ਸਭ ਆਉਣ ਆਉਣ ਜਾਣ ਵਾਲੇ ਯਾਤਰੀਆਂ ਦੀ ਸਾਰੀਆਂ ਚੈਕਿੰਗਾਂ ਵਾਲੀਆਂ, ਗੱਡੀਆਂ ਆ ਰਹੀਆਂ ਨੇ ਅਤੇ ਜਾ ਰਹੀਆਂ ਨੇ। ਨਹੀਂ, ਇਨਪੁੱਟਸ ਕੋਈ ਨਹੀਂ ਹਾਲੇ ਫਿਲਹਾਲ। ਫਿਰ ਵੀ ਅਮਰਨਾਥ ਯਾਤਰਾ ਧਿਆਨ ਵਿੱਚ ਰੱਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਹੈ ਚੈਕਿੰਗ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।